ਪਾਤਰ ਸਾਹਿਬ, ਜਿਵੇਂ ਕਿਸਾਨੀ ਸੰਘਰਸ਼ ਦੇ ਦੌਰਾਨ ਤੁਸੀਂ ਵੀ ਰੋਸ ਵਜੋਂ ਆਪਣਾ ਸਨਮਾਨ ਹੈ ਜਿਹੜਾ ਉਹ ਵਾਪਸ ਕੀਤਾ, ਔਰ ਤੁਸੀਂ ਕਿਸਾਨਾਂ ਦੇ ਹੱਕ 'ਚ ਬਹੁਤ ਵਧੀਆ ਲਿਖਿਆ ਵੀ ਔਰ ਬਹੁਤ ਜ਼ਿਆਦਾ ਵਾਇਰਲ ਵੀ ਹੋਇਆ। ਜਦੋਂ ਕੋਈ ਵੀ ਸੰਘਰਸ਼ ਚੱਲਦਾ ਹੈ, ਕਿਤੇ ਵੀ ਚੱਲਦਾ ਹੋਵੇ, ਚਾਹੇ ਉਹ ਪੰਜਾਬ ਦੀ ਧਰਤੀ ਜਾਂ ਹਿੰਦੁਸਤਾਨ ਦੀ, ਉਦੋਂ ਸਾਹਿਤ ਦਾ ਬੜਾ ਵੱਡਾ ਰੋਲ ਹੁੰਦਾ, ਕਲਮਾਂ ਦਾ ਬਹੁਤ ਵੱਡਾ ਰੋਲ ਹੁੰਦਾ। ਪਰ ਇਸ ਵਾਰੀ ਕਿਸਾਨਾਂ ਦੇ ਪੱਖ 'ਚ ਬਹੁਤ ਸਾਰੀਆਂ ਕਲਮਾਂ ਨਵੀਆਂ ਵੀ ਲਿਖਦੇ ਰਹੇ ਸਾਰੇ ਕੁਛ, ਪਰ ਜਿਸ ਪੱਧਰ 'ਤੇ ਸਾਹਿਤ ਲਿਖਿਆ ਜਾਣਾ ਚਾਹੀਦਾ ਸੀ ਜਾਂ ਜਿਹੜੇ ਵੱਡੇ ਲੇਖਕ ਨੇ, ਉਸ ਪੱਧਰ 'ਤੇ ਆ ਨਹੀਂ ਪਾਇਆ ਸਾਹਮਣੇ, ਇਹਦਾ ਕੀ ਕਾਰਨ ਸਮਝਦੇ ਤੁਸੀਂ? ਇਸ ਤਰ੍ਹਾਂ ਕੁਛ ਯਤਨ ਤਾਂ ਹੋਇਆ। ਪਿੱਛੇ ਜਿਹੇ ਕਿਤਾਬ ਵੀ ਆਈ ਜਿੱਥੇ ਉਹਨਾਂ ਨੇ ਕੋਈ ਲਗਭਗ 50-60 ਕਵੀਆਂ ਦੀਆਂ ਕਵਿਤਾਵਾਂ ਇਕੱਠੀਆਂ ਕਰਕੇ ਇੱਕ ਕਿਤਾਬ ਕਿਸਾਨੀ ਨਾਲ ਸੰਬੰਧਿਤ, ਕਿਸਾਨੀ ਵਾਲੀਆਂ ਦੋ ਕਿਤਾਬਾਂ ਇੱਦਾਂ ਦੀਆਂ ਆਈਆਂ ਜਿੱਥੇ ਉਹਨਾਂ ਨੇ ਉਸ ਚੀਜ਼ ਨੂੰ ਮਤਲਬ ਛਾਪਿਆ ਗਿਆ। ਪਰ ਉਹ ਹੁੰਦਾ ਕਿ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਛੋਹ ਕੇ ਅਤੇ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਜਾਂਦੀਆਂ, ਉਹ ਵੀ ਇੱਕ ਗੱਲ ਹੁੰਦੀ ਆ। ਅਤੇ ਦੂਜੀ ਹੁੰਦੀ ਆ ਕਿ ਕਈ ਗੱਲਾਂ ਜਿੱਦਾਂ ਹੁਣ ਮਤਲਬ ਮੇਰੇ ਮਨ 'ਚ ਆ ਕਿ ਜਿਹੜੀ ਆਰਟੀਕਲ ਨੇ ਕਿ ਉਹਨੂੰ ਸਮਝਾਉਣ ਲਈ ਕਿ 3 ਕਾਨੂੰਨ ਹੈ ਕੀ ਆ, ਹੈ ਨਾ, ਕਿ ਉਹ ਅਖਬਾਰਾਂ 'ਚ ਕੁਛ ਚੀਜ਼ਾਂ ਛਪੀਆਂ, ਹੈ ਨਾ, ਲੇਕਿਨ ਸਾਹਿਤ ਵਿੱਚ ਕੋਈ ਇੱਦਾਂ ਬਹੁਤਾ ਜ਼ਿਆਦਾ ਕੰਮ, ਤੁਹਾਡੀ ਗੱਲ ਸਹੀ ਹੈ ਕਿ ਇੱਦਾਂ ਦਾ ਬਹੁਤਾ ਜ਼ਿਆਦਾ ਕੰਮ ਨਹੀਂ ਹੋਇਆ ਕਿ ਜਿਹੜਾ ਸਾਹਿਤ ਫਿਰ ਲੋਕਾਂ 'ਚ ਜਾ ਕੇ ਲੋਕਾਂ ਨੂੰ ਉਹਨੇ ਮੁਤਾਸਰ ਕੀਤਾ ਹੋਵੇ ਔਰ ਲੋਕ ਉਸ ਸਾਹਿਤ ਕਰਕੇ ਉੱਧਰ ਜੁੜੇ ਹੋਣਗੇ, ਇੱਦਾਂ ਦਾ ਨਹੀਂ ਹੋਇਆ। ਨਵੀਂ ਪਨੀਰੀ ਸਾਹਿਤ ਨਾਲ ਕਿੰਨਾ ਕੁ ਜੁੜ ਰਹੀ ਹੈ? ਤਾਂ ਨਵੀਂ ਪੀੜ੍ਹੀ ਕੋਲ ਅਸਲ 'ਚ ਬਹੁਤ ਹੋਰ ਦਿਸ਼ਾਵਾਂ ਨੇ ਜਾਣ ਲਈ, ਹੈ ਨਾ। ਮੰਨ ਲਓ ਜਿੱਦਾਂ ਹੁਣ ਤੁਹਾਡਾ ਮੋਬਾਈਲ ਆ, ਇੰਟਰਨੈਟ ਆ, ਕਿੰਨੇ ਮਨੋਰੰਜਨ ਦੇ ਸਾਧਨ ਆ ਗਏ। ਸਾਡੇ ਵੇਲੇ ਸਾਨੂੰ ਕਿਤਾਬ ਇੱਕ ਮਿਲ ਜਾਏ ਅਤੇ ਅਸੀਂ ਕਹਿਣਾ ਸਾਨੂੰ ਸਵਰਗ ਮਿਲ ਗਿਆ ਵੀ ਹੁਣ 2 ਦਿਨ ਮੈਂ ਇਹ ਨਾਵਲ ਪੜ੍ਹੂੰਗਾ ਅਤੇ ਕਿੰਨਾ। ਸੋ ਇੱਕ ਵਕਤ ਸਮੇਂ ਦਾ ਫਰਕ ਪੈ ਗਿਆ ਕਿ ਉਸ ਵੇਲੇ ਕਿੰਨੇ ਕੁ ਸਾਧਨ ਸੀਗੇ ਅਤੇ ਚਲੋ ਕਿੰਨਾ ਮਤਲਬ ਬੱਚਿਆਂ ਨੂੰ ਮਾਪਿਆਂ ਨਾਲ ਕਿੰਨਾ ਸਮਾਂ, ਅਸੀਂ ਜਾਣੀ ਬਹੁਤੀ ਪੰਜਾਬੀ ਅਤੇ ਬਹੁਤੀ ਕਵਿਤਾ ਤਾਂ ਅਸੀਂ ਬੁਝਾਰਤਾਂ 'ਚੋਂ ਸਿੱਖ ਲਈ, ਬੁਝਾਰਤਾਂ ਜਾਂ ਬਾਤਾਂ 'ਚੋਂ। ਸ਼ਾਮ ਨੂੰ ਜਦੋਂ ਬਹਿਣਾ ਛੱਤਾਂ 'ਤੇ ਤਾਂ ਸਾਨੂੰ ਉਹ ਕਿਸੇ ਨੇ ਚੱਲ ਬਾਤ ਪਾ, ਬੁਝਾਰਤ ਪਾ, ਮੈਂ ਬੁਝੂੰਗਾ। ਸੋ ਇੱਕ ਤਾਂ ਉਹ ਬੁਝਾਰਤਾਂ ਆਪਣੇ ਆਪ 'ਚ ਬੜੀਆਂ ਕਾਵਕ ਹੁੰਦੀਆਂ ਸੀਗੀਆਂ। ਹੁਣ ਜਦੋਂ ਆਪਣੇ ਆਪ 'ਚ ਉਹ ਪੋਇਟਰੀ ਸੀ ਕਿ ਨੀਲੀ ਟੱਲੀ ਚੌਲ ਬੱਧੇ ਦਿਨੇ ਗਵਾਚੇ ਰਾਤੀ ਲੱਭੇ, ਹੁਣ ਇਹ ਕਿੰਨੀ ਕਮਾਲ ਦੀ ਗੱਲ ਹੈ ਵੀ ਤਾਰੇ ਆ, ਹੈ ਨਾ, ਵੀ ਉਹ ਬੱਧੇ ਹੋਏ ਸੀ ਦਿਨੇ ਦਿਸਦੇ ਨੇਗੇ ਰਾਤ ਨੂੰ, ਦਿਨੇ ਗੁਆਚੇ ਰਾਤੀ ਲੱਭੇ। ਸੋ ਕਿੰਨੀ ਪੰਜਾਬੀ ਅਸੀਂ ਉਹਨਾਂ, ਕਿੰਨੀ ਪੰਜਾਬੀ ਅਤੇ ਕਿੰਨੀ ਕਵਿਤਾ ਅਸੀਂ ਉੱਥੋਂ ਹੀ ਸਿੱਖ ਲਈ। ਹੁਣ ਜਿਹੜੇ ਉੱਦਾਂ ਦੇ ਮੌਕੇ ਜਾਣੀ ਮਾਪਿਆਂ ਨੂੰ ਨਹੀਂ ਮਿਲਦੇ, ਪਰ ਫਿਰ ਮੈਂ ਸਮਝ ਕਿ ਇੱਕ ਉੱਤੋਂ ਵੱਡੀ ਕਮਿਊਨਿਟੀ ਵੀ ਖੁੱਲ੍ਹ ਗਈ ਕਿ ਤੁਸੀਂ ਸੋਸ਼ਲ ਮੀਡੀਆ, ਹਾਂ ਸੋਸ਼ਲ ਮੀਡੀਆ ਆ ਕੇ ਉਹਦੇ 'ਚ ਤੁਸੀਂ ਤੁਹਾਡਾ ਇੱਕ ਵੱਡਾ ਪਰਿਵਾਰ ਬਣ ਜਾਂਦਾ, ਹੈ ਨਾ, ਕਿ ਤੁਸੀਂ ਕਿਉਂ ਨਾ ਕਿੱਥੇ ਕਿੱਥੇ ਤੁਹਾਡੇ ਫਰੈਂਡਸ ਕੀ ਕੁਛ ਬਣ ਜਾਂਦਾ ਉਹ ਤੁਹਾਡੀ, ਔਰ ਇੱਕ ਕਾਫੀ ਜਾਣੀ ਸਮਝ ਲਓ ਕਿ ਉਹਦੇ ਵਿੱਚ ਐਕਸਚੇਂਜ ਸ਼ਬਦਾਂ ਦਾ, ਵਿਚਾਰਾਂ ਦਾ ਵਟਾਂਦਰਾ, ਭਾਵਾਂ ਦਾ ਵਟਾਂਦਰਾ ਵੀ ਆ, ਹੈ ਨਾ। ਪਰ ਉਸ ਗੱਲ ਨੇ ਥੋੜ੍ਹਾ ਜਿਹਾ ਸਹਿਜ ਜਿਹੜਾ ਉਹ ਖੋ ਲਿਆ ਕਿ ਕੁਛ ਕਾਹਲੀਪਨ ਆ ਗਿਆ, ਕਾਲਾਪਨ ਆ ਗਿਆ, ਜਿਹਦੇ ਕਰਕੇ ਮੈਂ ਸਮਝ ਉਹਦਾ ਨੁਕਸਾਨ ਥੋੜ੍ਹਾ ਹੁੰਦਾ ਕਿ ਜਿੱਦਾਂ ਅੱਗੇ ਸੀਗਾ ਕਿ ਇੱਕ ਆਪਾਂ ਤੁਸੀਂ ਲਿਖਦੇ ਹੋ ਫਿਰ ਉਹਨੂੰ ਪੜ੍ਹਦੇ ਹੋ ਫਿਰ ਕਿਸੇ ਨੂੰ ਸੁਣਾ ਕੇ ਦੇਖਦੇ ਹੋ, ਹੁਣ ਇਹ ਕਿ ਤੁਸੀਂ ਇੱਕ ਚੀਜ਼ ਪਾਈ ਉਹਦੇ ਬਹੁਤ ਸਾਰੇ 10-100 ਤੁਹਾਨੂੰ ਲਾਈਕਸ ਕਿੰਨੀਆਂ ਆ ਗਈਆਂ, ਤੁਸੀਂ ਕਿੰਨੇ ਬਸ ਗੱਲ ਬਣ ਗਈ, ਹੈ ਨਾ, ਕਿ ਅਸੀਂ ਸੀ ਕਵਿਤਾ ਭੇਜ ਕੇ ਇੱਕ ਤਾਂ ਉਡੀਕਣਾ ਰਸਾਲੇ ਤੋਂ ਚਿੱਠੀ ਆਊਗੀ ਵੀ ਮੈਂ ਛਾਪ ਰਿਹਾ ਕਿ ਨਹੀਂ ਛਾਪ ਰਿਹਾ, ਫਿਰ ਉਹ ਛਪਣੀ, ਫਿਰ ਕਿ ਇੱਕ ਤਬਦੀਲੀ ਆ।
ਤੋਂ ਪਰ ਮੈਂ ਸਮਝਦਾ ਕਿ ਜਿਹੜੇ ਜੋ ਵੀ ਕੋਈ ਚੀਜ਼ ਨਵੀਂ ਆਉਂਦੀ ਆ ਉਹਦੇ ਕੁਛ ਗੁਣ ਔਗੁਣ ਹੁੰਦੇ ਆ।